कैबिनेट मंत्री साधु सिंह धर्मसरोत आज सवेरे हरिके झील तक पहुंचे। इसी दौरान उन्होंने हरिके झील का जायजा लिया और मोटरबोट राही झील से आए प्रवासी पंछियों का नजारा नजदीक तो मान लिया। मंत्री साधु सिंह धर्मसरोत ने पत्रकारों नाल गलबात करते कहा कि साढ़े महकमे के अधिकारी देशों विदेशों तो आए पंछियों का ध्यान रख रहे हैं और इस बार कुल 55,000 पंछी हरिके हेड से आया है और उम्मीद यह भी जताई जा रही है कि जनवरी महीने तक देशों विदेशों तो आने वाले पंछियों की गिनती करीब 1,00,000 हो जाएगी। हरिके तो रिंपल गोलन की रिपोर्ट, लाइव भारत। ਕੁਦਰਤ ਦਾ ਕੋਈ ਅੰਤ ਨਹੀਂ ਗਾ, ਜੋ ਕੁਝ ਇੱਥੇ ਦੇਖਣ ਨੂੰ ਅਦਭੁਤ ਨਜ਼ਾਰੇ ਨੇ। ਏਡੀ ਵੱਡੀ ਲੇਕ, ਅਸੀਂ ਦੁਨੀਆ ਵਿੱਚ ਬਹੁਤ ਸਾਰੀਆਂ ਲੇਕਾਂ ਵੇਖੀਆਂ, ਬਸ ਏਡੀ ਵੱਡੀ ਲੇਕ ਕੋਈ ਨਹੀਂ, ਬਸ ਇਹਦੀ ਮੈਨੇਜਮੈਂਟ ਦੀ ਲੋੜ ਆ। ਅਸੀਂ ਮੰਤਰੀ ਸਾਹਿਬ ਨਾਲ ਸਲਾਹ ਕਰ ਰਹੇ ਹਾਂ ਕਿ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਪਿਛਲੇ ਸਮੇਂ ਦੇ ਵਿੱਚ ਕੋਈ ਪਲਾਨ ਬਣਿਆ ਸੀਗਾ, ਅਸੀਂ ਉਸ ਪਲਾਨ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਕਰੋਨਾ ਨੇ 6-7 ਮਹੀਨੇ ਸਾਡੀ ਰਫ਼ਤਾਰ ਜਿਹੜੀ ਮੱਠੀ ਪਾ ਛੱਡੀ ਸੀ ਔਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਇੱਥੇ ਕੋਈ ਪ੍ਰਬੰਧ ਹੋ ਸਕੇ। ਅਸੀਂ ਚਾਹੁੰਦੇ ਕਿ ਇੱਥੇ ਕਰੂਜ਼ ਪੈਣ, ਅੱਗੇ ਆਈਲੈਂਡ ਜਿਹੜੇ ਨੇ ਡਿਵੈਲਪ ਕੀਤੇ ਜਾਣ, ਲੋਕ ਸੰਗਮ ਵੇਖਣ ਜਾਣ, ਉੱਥੇ ਕੋਈ ਰੈਸਟੋਰੈਂਟ ਵਗੈਰਾ ਬਣ, ਇੱਥੇ ਕੋਈ ਰਿਜ਼ੋਰਟਸ ਵਗੈਰਾ ਤਿਆਰ ਹੋਣ, ਇਹੋ ਹੀ ਗੱਲ 'ਤੇ ਵਿਚਾਰ ਅਸੀਂ ਕਰ ਰਹੇ ਹਾਂ। ਪਰ ਕਰੋਨਾ ਨੇ ਤੁਹਾਨੂੰ ਪਤਾ ਕਿ ਸਾਰੀ ਦੁਨੀਆ ਦੀ ਰਫ਼ਤਾਰ ਮੱਠੀ ਪਾ ਦਈ ਹੈ ਅਤੇ ਇਹ ਵੀ ਪੈ ਗਈ ਹੈ, ਨਹੀਂ ਤਾਂ ਅਦਰਵਾਈਜ਼ ਜਿੰਨਾ ਪ੍ਰੋਜੈਕਟ ਹਾਲੇ ਤਿਆਰ ਵੀ ਹੋ ਜਾਵੇ, ਜਿਹੜਾ 15 ਕਰੋੜ ਰੁਪਏ ਲੱਗਿਆ ਹੈ ਉਹ ਵੀ ਅਸੀਂ ਲਾਂਚ ਨਹੀਂ ਕਰ ਸਕੇ। ਅਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਜਲਦੀ, ਇਸੇ ਕਰਕੇ ਮੰਤਰੀ ਸਾਹਿਬ ਆਏ। ਥੈਂਕ ਯੂ। ਦੇਖੋ ਵਿਜ਼ਿਟ ਤਾਂ ਇਹ ਹੈ ਮੇਰਾ ਮਹਿਕਮਾ ਔਰ ਮੈਂ ਅੱਜ ਦੇਖਣ ਆਇਆ ਕਿ ਵਿਦੇਸ਼ਾਂ ਤੋਂ ਕਿਤੋਂ ਕਿਤੋਂ ਪੰਛੀ ਸਾਡੇ ਆਏ ਨੇ ਔਰ ਪੰਛੀਆਂ 'ਚ ਕਿੰਨਾ ਵਾਧਾ ਹੋਇਆ। ਪਹਿਲੇ ਸਾਲਾਂ ਨਾਲੋਂ ਘੱਟ ਆ ਰਹੇ ਨੇ, ਵੱਧ ਆ ਰਹੇ ਨੇ ਔਰ ਜਿਵੇਂ ਕਹਿ ਦਈਏ ਕਿਸੇ ਇਨਸਾਨ ਦੀ ਜਾਂ ਪ੍ਰਾਹੁਣਚਾਰੀ ਹੁੰਦੀ ਹੈ, ਇਹ ਜਿਹੜੇ ਵਿਦੇਸ਼ਾਂ ਤੋਂ ਪੰਛੀ ਆਉਂਦੇ ਆ ਇਹਦਾ ਖਿਆਲ ਰੱਖਣਾ ਸਾਡਾ ਮਹਿਕਮੇ ਦਾ ਕੰਮ ਹੈ ਔਰ ਇੱਥੇ ਆ ਕੇ ਵੇਖਿਆ ਪੂਰਾ ਡਿਪਾਰਟਮੈਂਟ ਲੱਗਿਆ ਹੋਇਆ ਔਰ ਇਕੱਲੇ ਇਕੱਲੇ ਪੰਛੀ ਦੀ ਗਿਣਤੀ ਹੈ ਤਕਰੀਬਨ 55,000 ਪੰਛੀ ਇਸ ਵਾਰ ਆ ਚੁੱਕੇ ਨੇ ਔਰ ਉਮੀਦ ਹੈ ਕਿ ਜਨਵਰੀ ਤੱਕ ਆਉਣੇ ਆ ਇਹ 1,00,000 ਤੋਂ ਉੱਪਰ ਜੋ ਬਾਹਰੋਂ ਜਾਨਵਰ ਆਉਂਦੇ। ਕੁਛ ਪੰਛੀਆਂ ਦੀ ਪ੍ਰਜਾਤੀ ਜਿਹੜੀਆਂ ਵਿਲੁਪਤ ਹੁੰਦੀਆਂ ਜਾ ਰਹੀਆਂ ਉਹਨਾਂ ਦੀ ਦੇਖਭਾਲ ਵਾਸਤੇ ਕੀ ਕਰ ਰਿਹਾ ਮਹਿਕਮਾ? ਉਹ ਮਹਿਕਮਾ ਕਰ ਰਿਹਾ ਪੂਰੀ ਤਰ੍ਹਾਂ ਕਰ ਰਿਹਾ ਉਹਨਾਂ ਦੇਖਭਾਲ ਕਰਨੀ, ਉਹਨਾਂ ਦਾ ਖਿਆਲ ਰੱਖਣਾ, ਕੋਈ ਸ਼ਿਕਾਰ ਨਾ ਕਰਦੇ ਉਹਨਾਂ ਦਾ ਜੀ, ਸਮੇਂ ਸਮੇਂ 'ਤੇ ਕੋਈ ਡੈੱਡ ਪਿਆ ਦਿਖਦਾ ਹੈ ਉਹਦਾ ਪਤਾ ਲਗਾਉਣਾ ਵੀ ਕਿਉਂ ਡੈੱਡ ਹੋਇਆ ਹੈ, ਕਿਉਂ ਮਰਿਆ ਇਹ, ਉਹਨਾਂ ਦਾ ਖਿਆਲ ਰੱਖਣਾ ਸਾਡਾ। ਮੰਤਰੀ ਸਾਹਿਬ, ਜਿਵੇਂ ਪੰਛੀ ਹਰ ਸਾਲ ਆਉਂਦੇ ਆ, ਲੋਕ ਵੀ ਆਉਂਦੇ ਆ, ਪਰ ਇਹਦੀ ਡਿਵੈਲਪਮੈਂਟ ਬਾਰੇ ਕੁਛ ਨਹੀਂ, ਬੜੇ ਬੜੇ ਪਲਾਨ ਬਣੇ ਆ ਸਭ ਕਾਗਜ਼ਾਂ 'ਚ? ਨਹੀਂ, ਪਲਾਨ ਤਾਂ ਦੇਖੋ, ਗੱਲ ਇਹ ਹੈ ਇਹ ਵਾਈਲਡ ਲਾਈਫ ਹੈ, ਇਹ ਕੋਈ ਬਿਜ਼ਨਸ ਦਾ ਧੰਦਾ ਤਾਂ ਹੈ ਨਹੀਂ, ਅਸੀਂ ਬਿਜ਼ਨਸ ਦਾ ਧੰਦਾ ਨਹੀਂ ਹੈ ਇਹਨੂੰ, ਅਸੀਂ ਸੋਚ ਰਹੇ ਹਾਂ। ਮੇਰੇ ਸਾਹਿਬ ਦੱਸ ਰਹੇ ਨੇ, ਮੈਂ ਕਿਹਾ ਕਿ ਸਾਰਾ ਪਤਾ ਕਰਕੇ ਦੱਸੋ ਸਾਡੇ ਮਹਿਕਮੇ ਦੇ ਅਫਸਰ ਦੇ ਨਾਲ, ਇੱਥੇ ਜਿੱਥੇ ਕਿਤੇ ਜਗ੍ਹਾ ਹੈ, ਜਿਵੇਂ ਅਸੀਂ ਮੈਂ ਸੋਚ ਰਿਹਾ ਕਿ ਨੇੜੇ ਤੇੜੇ ਕਿਤੇ ਕੋਈ ਹੱਟ ਟੁੱਟ ਪੈ ਜਾਣ ਜੀ, ਬਾਹਰੋਂ ਲੋਕ ਆ ਕੇ ਇੱਥੇ ਦਾ ਨਜ਼ਾਰਾ ਦੇਖਣ। ਸਰ, 2018 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਬਰਡ ਸੈਂਚਰੀ ਨੂੰ 150 ਕਰੋੜ ਰੁਪਇਆ ਦੇਣ ਦਾ, ਜੀ ਉਹ ਅਜੇ ਤੱਕ ਨਹੀਂ ਮਿਲਿਆ ਜੀ। ਚਲੋ, ਉਹ ਮਿਲ ਜਾਏਗਾ। ਨਹੀਂ, ਸਾਹਿਬ ਕੇ ਟਾਈਮ ਪੇ 15 ਕਰੋੜ ਕਾ ਜੋ ਹੈ ਉਹ ਬਜਟਰੀ ਅਲੋਟਮੈਂਟ ਹੋ ਚੁੱਕੇ ਹੈ ਔਰ ਇਹ ਸਾਲ ਜੋ ਹੈ ਨਾ ਸਾਰੇ ਸਾਲ ਜੋ ਹੈ ਨਾ ਸਾਹਿਬ ਕੇ ਸਮੇਂ ਪੇ ਦੇ ਦੀਏ। ਕੁਛ ਪ੍ਰੋਜੈਕਟ ਬਣ ਕੇ ਤਿਆਰ ਹੋਇਆ ਜੀ, ਉਹਨੇ ਦੀ ਵੇਟ ਕਰ ਰਿਹਾ ਜੀ। ਨਹੀਂ, ਇਹ ਟੂਰਿਸਟ ਦਾ ਮਹਿਕਮਾ ਤਾਂ ਨਹੀਂ ਹੈ, ਪਰ ਫਿਰ ਵੀ ਅਸੀਂ ਦੇਖ ਰਹੇ 1-2 ਜਗ੍ਹਾ, ਜਿਵੇਂ ਐਮਐਲਏ ਸਾਹਿਬ ਨੇ ਮੈਨੂੰ ਦੱਸਿਆ, ਅਸੀਂ ਜਿਹੜੀ ਚੱਲ ਸਕਦਾ ਕਰੂਜ਼ ਵਗੈਰਾ ਜਾਂ ਠਹਿਰਨ ਵਾਸਤੇ ਲੋਕਾਂ ਦੇ ਹੱਟ ਵਗੈਰਾ ਬਣਾਉਣ ਵਾਸਤੇ ਅਸੀਂ ਸੋਚ ਰਹੇ ਹਾਂ, ਜ਼ਰੂਰ ਜਲਦੀ। ਮੰਤਰੀ ਸਾਹਿਬ, 3 ਮਹੀਨੇ ਸਿਰਫ ਪੰਛੀ ਆਉਂਦੇ ਆ ਜੀ ਟੂਰਿਸਟ ਵੇਖਣ ਵਾਸਤੇ, ਲੇਕਿਨ ਕਰੋਨਾ ਕਰਕੇ ਬੈਨ ਆ, ਅਤੇ ਇਹਦੇ ਲਈ ਕੋਈ ਟੂਰਿਸਟ ਵਾਸਤੇ ਕੋਈ? ਦੇਖੋ, ਜੇ ਕਰੋਨਾ ਦਾ ਬੈਨ ਕੀਤਾ ਤਾਂ ਲੋਕਾਂ ਦੇ ਭਲੇ ਵਾਸਤੇ ਕੀਤਾ, ਸਰਕਾਰ ਨੂੰ ਕੋਈ ਸ਼ੌਕ ਨਹੀਂ ਹੈ। ਨਹੀਂ, ਬਾਕੀ ਵੀ ਖੁੱਲ੍ਹਾਂ ਦਿੱਤੀਆਂ ਹੋਈਆਂ ਜੀ, ਬਾਕੀ ਜਗ੍ਹਾ ਵੀ, ਬਾਕੀ ਖੁੱਲ੍ਹਾਂ ਵੀ ਇੱਥੇ ਵੀ ਦੇਖੀ ਅਸੀਂ। ਮੇਰਾ ਖਿਆਲ ਅਸੀਂ ਉਹ ਚਲਾਤਾ ਛੱਤ ਬੀੜ ਅਸੀਂ ਚਲਾਤਾ, ਜੂ ਚਲਾਤੀ ਉੱਥੇ, ਇਹ ਵੀ ਜਲਦੀ ਚਲਾ ਦਾਂਗੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ JP ਸਿੰਘ, ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ। ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ UK, USA, ਕੈਨੇਡਾ, ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੇ ਨਿਯਮਾਂ ਵਿੱਚ ਆਇਆ ਹੈ ਵੱਡਾ ਬਦਲਾਅ। ਜੇਕਰ ਤੁਸੀਂ ਵੀ ਇਹਨਾਂ ਕੰਟਰੀਆਂ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਐਕਸਪਰਟ ਟੀਮ ਤੋਂ ਸਲਾਹ ਲੈਣਾ ਨਾ ਭੁੱਲਣਾ, ਕਿਉਂਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਹੈ ਪਿਛਲੇ 13 ਸਾਲ ਦਾ ਵੱਡਾ ਤਜਰਬਾ, ਜਿਨ੍ਹਾਂ ਦੀ ਮਦਦ ਦੇ ਨਾਲ ਹਜ਼ਾਰਾਂ ਹੀ ਪੰਜਾਬ ਦੇ ਨੌਜਵਾਨ ਵਿਦੇਸ਼ ਦੇ ਵਿੱਚ ਆਪਣਾ ਚੰਗਾ ਭਵਿੱਖ ਬਣਾ ਚੁੱਕੇ ਨੇ। ਜੇਕਰ ਤੁਸੀਂ ਵੀ ਵਿਦੇਸ਼ ਪੜ੍ਹਾਈ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਡਿਸਪਲੇ ਹੋ ਰਹੇ ਨੰਬਰ 'ਤੇ ਕਾਲ ਕਰਕੇ ਤੁਸੀਂ ਮੈਨੂੰ
अमृतसर ते जलंधर ऑफिस दे विच मिल सकदे हो और असी करांगे तुहाडा विदेश दे विच पढ़ाई करन दे सपने नूं साकार। धन्यवाद।